ਚਾਰ ਡਿਸਟ੍ਰਿਕਟ ਦਾ ਹੀ ਡਾਟਾ ਲਾਇਆ, ਕੱਲ੍ਹ ਸ਼ਾਮੀ ਰਿਪ੍ਰਜੈਂਟੇਸ਼ਨ ਕੱਲ੍ਹ ਸ਼ਾਮ ਤੱਕ ਦਿੱਤੀ ਸੀ, ਪਿਛਲੇ 3 ਦਿਨਾਂ ਦਾ ਡਾਟਾ ਲਗਾਇਆ ਸੀ, ਕਿਉਂਕਿ ਅੱਗੇ 2 ਦਿਨਾਂ ਦੀ ਛੁੱਟੀ ਆ ਰਹੀ ਸੀਗੀ ਪੰਜਾਬ ਨੇ, ਪੰਜਾਬ ਦੇ ਵਿੱਚ ਹੋਲੀਡੇ ਆ ਰਿਹਾ 4 ਤਰੀਕ ਨੂੰ, 4 ਤਰੀਕ ਨੂੰ ਇਲੈਕਸ਼ਨ ਨੋਮੀਨੇਸ਼ਨ ਪ੍ਰੋਸੈਸ ਖਤਮ ਹੋ ਰਿਹਾ, ਇਸ ਕਰਕੇ ਸਾਨੂੰ ਫਿਰ ਇਮੀਡੀਏਟਲੀ ਫਾਈਲ ਕਰਨੀ ਪਈ ਅੱਜ। ਕਿਵੇਂ ਪਤਾ ਲੱਗਿਆ ਵੀ ਬੋਲਿਆ ਕੀ? ਉਹਦੇ ਵਿੱਚ ਜੋ ਜਿੰਨਾ ਕੰਟੈਂਟ ਸੀਗਾ ਉਹ ਚੱਲ ਰਿਹਾ ਸੀ ਲਗਾਤਾਰ ਹੀ, ਫਿਰ ਉਹ ਬੜੇ ਮੇਨ ਜਿਹੜੇ ਨਿਊਜ਼ ਚੈਨਲ ਸੀਗੇ ਉਹਨਾਂ ਨੂੰ ਇੰਟਰਵਿਊ ਦੇ ਰਹੇ ਸੀਗੇ, ਔਰ ਬੜੀ ਬੂਸਟਫੁਲੀ ਕਹਿ ਲਓ ਕਿ ਹੈਂਕੜ ਹੈਂਕੜ ਜੋ ਦੱਸ ਰਹੇ ਸੀ, ਜਿਹੜਾ 2 ਕਰੋੜ ਦੀ ਬੋਲੀ ਲਾਈ ਉਹਨਾਂ ਦਾ ਪਤਾ ਨਹੀਂ ਕਿੰਨੇ ਨਿਊਜ਼ ਚੈਨਲਾਂ ਨੂੰ ਉਹਨੇ ਆਪਦੀ ਇੰਟਰਵਿਊ ਦਿੱਤੀ ਵੀ ਮੈਂ ਕਿਵੇਂ ਲਾਈ ਹੈ, ਕਿਉਂ ਲਾਈ ਹੈਗੀ ਹੈ, ਠੀਕ ਹੈ। ਅਤੇ ਬੜੀ ਤੇਜ਼ੀ ਨਾਲ ਇਹ ਚੀਜ਼ ਫੈਲਦੀ ਜਾ ਰਹੀ ਸੀ ਹੋਰਾਂ ਥਾਵਾਂ 'ਤੇ ਵੀ, ਹੋਰਾਂ ਪਿੰਡਾਂ 'ਤੇ, ਅਤੇ ਲੋਅ ਐਂਡ ਆਰਡਰ ਦੀ ਸਿਚੁਏਸ਼ਨ ਕ੍ਰੀਏਟ ਹੋ ਰਹੀ ਹੈ, ਉਹਦੇ ਨਾਲ ਲੋਕਾਂ ਦੇ ਉੱਥੇ ਲੜਾਈ ਝਗੜੇ ਵਾਲੇ ਹਾਲਾਤ ਪੈਦਾ ਹੋ ਰਹੇ ਆ, ਔਰ ਡਿਪਟੀ ਕਮਿਸ਼ਨਰ ਜਿਹੜੇ ਹੈਗੇ ਆ ਉਹ ਸਾਰੇ ਇਹਦੇ ਵਿੱਚ ਰਿਟਰਨਿੰਗ ਆਫਿਸਰ ਹੁੰਦੇ ਆ, ਉਹਨਾਂ ਨੇ ਕੋਈ ਵੀ ਐਕਸ਼ਨ ਨਹੀਂ ਲਿਆ ਇਹਨਾਂ ਦੇ ਉੱਤੇ। ਅਤੇ ਕੱਲ੍ਹ ਮੈਨੂੰ ਇਹ ਗੱਲ ਕਹੀ ਸੀ ਸਟੇਟ ਇਲੈਕਸ਼ਨ ਕਮਿਸ਼ਨ ਨੇ, ਕੱਲ੍ਹ ਵੀ ਤੁਹਾਨੂੰ ਜੇ ਅਸੀਂ ਫੋਨ ਕਰਾਂਗੇ, ਸਵੇਰੇ 10-11 ਵਜੇ ਤੱਕ ਕੋਈ ਫੋਨ ਨਹੀਂ ਮੈਨੂੰ ਆਇਆ ਕਿ ਇਹਦੇ ਉੱਤੇ ਉਹਨਾਂ ਨੂੰ ਕੋਈ ਐਕਸ਼ਨ ਲਿਆ ਜਾਂ ਨਹੀਂ ਲਿਆ, ਕੋਈ ਸੰਗਿਆਨ ਲਿਆ ਜਾਂ ਨਹੀਂ। ਇਸ ਕਰਕੇ ਫਿਰ ਅਸੀਂ ਤਾਂ ਕਿ ਇਹ ਹੋਰ ਅੱਗੇ ਇਹ ਚੀਜ਼ ਨਾ ਵਧੇ, ਲੋਕਾਂ ਦੇ ਜਿਹੜੇ ਹੱਕ ਹੈਗੇ ਆ, ਪੂਅਰ ਪੀਪਲ ਦੇ ਹੱਕ ਜਿਹੜੇ ਨਾ ਮਾਰੇ ਜਾਣ, ਇਸ ਕਰਕੇ ਪਟੀਸ਼ਨ ਪਾਈ। ਕੋਰਟ ਤੋਂ ਕੀ ਮੰਗ ਹੈ ਤੁਹਾਡੀ? ਕੋਰਟ ਤੋਂ ਜੀ ਮੈਂ ਗਾਈਡਲਾਈਨ ਮੰਗੀ ਹੈ ਕਿ ਜੋ ਖਾਸ ਹੋ ਗਿਆ ਹੈ, ਜਿਹੜਾ ਸਭ ਤੋਂ ਪਹਿਲਾਂ ਇਹੋ ਜਿਹੀ ਲੀਗਲ ਪ੍ਰੈਕਟਿਸ ਹੈਗੀ ਹੈ ਉਹਨੂੰ ਕੰਡੈਮ ਕੀਤਾ ਜਾਵੇ, ਅਤੇ ਗਾਈਡਲਾਈਨਸ ਜਿਹੜੀਆਂ ਇਹਨੂੰ ਕਿਹਾ ਜਾਵੇ ਸਟੇਟ ਇਲੈਕਸ਼ਨ ਕਮਿਸ਼ਨ ਰਿਸਪੋਂਡੈਂਟ ਨੂੰ, ਫਿਰ ਮੈਂ ਆਇਆ ਸੀ ਪੰਜਾਬ ਜਿਹਦੀ ਕੋਈ ਗਾਈਡਲਾਈਨ ਇਸ਼ੂ ਕਰੇ ਕਿ ਇਹੋ ਜਿਹੀ ਜਿਹੜੀ ਪ੍ਰੈਕਟਿਸ ਹੈਗੀ ਹੈ ਉਹ ਅਨਡੈਮੋਕ੍ਰੈਟਿਕ ਹੈ, ਅਨਲਾਫੁੱਲ ਹੈ, ਅਤੇ ਫਰੀ ਐਂਡ ਫੇਅਰ ਇਲੈਕਸ਼ਨ ਦੇ ਤੁਸੀਂ ਕਹਿ ਲਓ ਕਿ ਸਾਰੇ ਕੋਡ ਆਫ ਕੰਡਕਟ ਦੀਆਂ ਧੱਜੀਆਂ ਉਡਾ ਰਹੀ ਹੈ, ਅਤੇ ਉਹਨੂੰ ਇਮੀਡੀਏਟਲੀ ਰੋਕਿਆ ਜਾਵੇ ਜਿੱਥੇ ਵੀ ਹੋਵੇ। ਕਦੋਂ ਸੁਣਵਾਈ ਹੋਣੀ ਹੈ? ਸੁਣਵਾਈ ਪਰਸੋਂ ਵਾਸਤੇ ਰੱਖੀ ਗਈ ਹੈ ਕਿਉਂਕਿ ਕੱਲ੍ਹ ਛੁੱਟੀ ਸੀ। 4 ਡਿਸਟ੍ਰਿਕਟ ਦਾ ਹੀ ਡਾਟਾ ਲਾਇਆ, ਕੱਲ੍ਹ ਸ਼ਾਮੀ ਰਿਪ੍ਰਜੈਂਟੇਸ਼ਨ ਕੱਲ੍ਹ ਸ਼ਾਮ ਤੱਕ ਦਿੱਤੀ ਸੀ, ਪਿਛਲੇ 3 ਦਿਨਾਂ ਦਾ ਡਾਟਾ ਲਗਾਇਆ ਸੀ, ਕਿਉਂਕਿ ਅੱਗੇ 2 ਦਿਨਾਂ ਦੀ ਛੁੱਟੀ ਆ ਰਹੀ ਸੀਗੀ ਪੰਜਾਬ ਨੇ, ਪੰਜਾਬ ਦੇ ਵਿੱਚ ਹੋਲੀਡੇ ਆ ਰਿਹਾ 4 ਤਰੀਕ ਨੂੰ, 4 ਤਰੀਕ ਨੂੰ ਇਲੈਕਸ਼ਨ ਨੋਮੀਨੇਸ਼ਨ ਪ੍ਰੋਸੈਸ ਖਤਮ ਹੋ ਰਿਹਾ, ਇਸ ਕਰਕੇ ਸਾਨੂੰ ਫਿਰ ਇਮੀਡੀਏਟਲੀ ਫਾਈਲ ਕਰਨੀ ਪਈ ਅੱਜ। ਕਿਵੇਂ ਪਤਾ ਲੱਗਿਆ ਵੀ ਬੋਲਿਆ ਕੀ? ਉਹਦੇ ਵਿੱਚ ਜੋ ਜਿੰਨਾ ਕੰਟੈਂਟ ਸੀਗਾ ਉਹ ਚੱਲ ਰਿਹਾ ਸੀ ਲਗਾਤਾਰ ਹੀ, ਫਿਰ ਉਹ ਬੜੇ ਮੇਨ ਜਿਹੜੇ ਨਿਊਜ਼ ਚੈਨਲ ਸੀਗੇ ਉਹਨਾਂ ਨੂੰ ਇੰਟਰਵਿਊ ਦੇ ਰਹੇ ਸੀਗੇ, ਔਰ ਬੜੀ ਬੂਸਟਫੁਲੀ ਕਹਿ ਲਓ ਕਿ ਹੈਂਕੜ ਹੈਂਕੜ ਜੋ ਦੱਸ ਰਹੇ ਸੀ, ਜਿਹੜਾ 2 ਕਰੋੜ ਦੀ ਬੋਲੀ ਲਾਈ ਉਹਨਾਂ ਦਾ ਪਤਾ ਨਹੀਂ ਕਿੰਨੇ ਨਿਊਜ਼ ਚੈਨਲਾਂ ਨੂੰ ਉਹਨੇ ਆਪਦੀ ਇੰਟਰਵਿਊ ਦਿੱਤੀ ਵੀ ਮੈਂ ਕਿਵੇਂ ਲਾਈ ਹੈ, ਕਿਉਂ ਲਾਈ ਹੈਗੀ ਹੈ, ਠੀਕ ਹੈ। ਅਤੇ ਬੜੀ ਤੇਜ਼ੀ ਨਾਲ ਇਹ ਚੀਜ਼ ਫੈਲਦੀ ਜਾ ਰਹੀ ਸੀ ਹੋਰਾਂ ਥਾਵਾਂ 'ਤੇ ਵੀ, ਹੋਰਾਂ ਪਿੰਡਾਂ 'ਤੇ ਵੀ, ਅਤੇ ਲੋਅ ਐਂਡ ਆਰਡਰ ਦੀ ਸਿਚੁਏਸ਼ਨ ਕ੍ਰੀਏਟ ਹੋ ਰਹੀ ਹੈ, ਉਹਦੇ ਨਾਲ ਲੋਕਾਂ ਦੇ ਉੱਥੇ ਲੜਾਈ ਝਗੜੇ ਵਾਲੇ ਹਾਲਾਤ ਪੈਦਾ ਹੋ ਰਹੇ ਆ, ਔਰ ਡਿਪਟੀ ਕਮਿਸ਼ਨਰ ਜਿਹੜੇ ਹੈਗੇ ਉਹ ਸਾਰੇ ਇਹਦੇ ਵਿੱਚ ਰਿਟਰਨਿੰਗ ਆਫਿਸਰ ਹੁੰਦੇ ਆ, ਉਹਨਾਂ ਨੇ ਕੋਈ ਵੀ ਐਕਸ਼ਨ ਨਹੀਂ ਲਿਆ ਇਹਨਾਂ ਦੇ ਉੱਤੇ। ਅਤੇ ਕੱਲ੍ਹ ਮੈਨੂੰ ਇਹ ਗੱਲ ਕਹੀ ਸੀ ਸਟੇਟ ਇਲੈਕਸ਼ਨ ਕਮਿਸ਼ਨ ਨੇ, ਕੱਲ੍ਹ ਵੀ ਤੁਹਾਨੂੰ ਜੇ ਅਸੀਂ ਫੋਨ ਕਰਾਂਗੇ, ਸਵੇਰੇ 10-11 ਵਜੇ ਤੱਕ ਕੋਈ ਫੋਨ ਨਹੀਂ ਮੈਨੂੰ ਆਇਆ ਕਿ ਇਹਦੇ ਉੱਤੇ ਉਹਨਾਂ ਨੂੰ ਕੋਈ ਐਕਸ਼ਨ ਲਿਆ ਜਾਂ ਨਹੀਂ ਲਿਆ, ਕੋਈ ਸੰਗਿਆਨ ਲਿਆ ਜਾਂ ਨਹੀਂ। ਇਸ ਕਰਕੇ ਫਿਰ ਅਸੀਂ ਤਾਂ ਕਿ ਇਹ ਹੋਰ ਅੱਗੇ ਇਹ ਚੀਜ਼ ਨਾ ਵਧੇ, ਲੋਕਾਂ ਦੇ ਜਿਹੜੇ ਹੱਕ ਹੈਗੇ ਆ, ਪੂਅਰ ਪੀਪਲ ਦੇ ਹੱਕ ਜਿਹੜੇ ਨਾ ਮਾਰੇ ਜਾਣ, ਇਸ ਕਰਕੇ ਪਟੀਸ਼ਨ ਪਾਈ। ਕੋਰਟ ਤੋਂ ਕੀ ਮੰਗ ਹੈ ਤੁਹਾਡੀ? ਕੋਰਟ ਤੋਂ ਜੀ ਮੈਂ ਗਾਈਡਲਾਈਨਸ ਮੰਗੀ ਹੈ ਕਿ ਜੋ ਖਾਸ ਹੋ ਗਿਆ ਹੈ, ਜਿਹੜਾ ਸਭ ਤੋਂ ਪਹਿਲਾਂ ਇਹੋ ਜਿਹੀ ਲੀਗਲ ਪ੍ਰੈਕਟਿਸ ਹੈਗੀ ਹੈ ਉਹਨੂੰ ਕੰਡੈਮ ਕੀਤਾ ਜਾਵੇ, ਅਤੇ ਗਾਈਡਲਾਈਨਸ ਜਿਹੜੀਆਂ ਇਹਨੂੰ ਕਿਹਾ ਜਾਵੇ ਸਟੇਟ ਇਲੈਕਸ਼ਨ ਕਮਿਸ਼ਨ ਰਿਸਪੋਂਡੈਂਟ ਨੂੰ, ਫਿਰ ਮੈਂ ਆਇਆ ਸੀ ਪੰਜਾਬ ਜਿਹਦੀ ਕੋਈ ਗਾਈਡਲਾਈਨ ਇਸ਼ੂ ਕਰੇ ਕਿ ਇਹੋ ਜਿਹੀ ਜਿਹੜੀ ਪ੍ਰੈਕਟਿਸ ਹੈਗੀ ਹੈ ਉਹ ਅਨਡੈਮੋਕ੍ਰੈਟਿਕ ਹੈ, ਅਨਲਾਫੁੱਲ ਹੈ, ਅਤੇ ਫਰੀ ਐਂਡ ਫੇਅਰ ਇਲੈਕਸ਼ਨ ਦੇ ਤੁਸੀਂ ਕਹਿ ਲਓ ਕਿ ਸਾਰੇ ਕੋਡ ਆਫ ਕੰਡਕਟ ਦੀਆਂ ਧੱਜੀਆਂ ਉਡਾ ਰਹੀ ਹੈ, ਅਤੇ ਉਹਨੂੰ ਇਮੀਡੀਏਟਲੀ ਰੋਕਿਆ ਜਾਵੇ ਜਿੱਥੇ ਵੀ ਹੋਵੇ।
ਕਦੋਂ ਸੁਣਵਾਈ ਹੋਣੀ ਹੈ ਮੈਂ? ਸੁਣਵਾਈ ਪਰਸੋਂ ਵਾਸਤੇ ਰੱਖੀ ਹੋਈ ਹੈ ਕਿਉਂਕਿ ਕੱਲ੍ਹ ਛੁੱਟੀ ਸੀ।